ਆ ਦੇਖ ਲੋ ਨਸ਼ਾ ਕਰਨ ਵਾਲਿਆਂ ਦਾ ਹਾਲ। ਕੁਛ ਨਸ਼ੇੜੀ ਜਿਹੜੇ ਆਪਸ ਚ ਲੜ ਪਏ ਆ ਤੇ ਇੰਨਾ ਕੋ ਸਮਾਨ ਵੀ ਹੈਗਾ। ਸੜਕ ਵਿਚਕਾਰ ਕੀਤਾ ਹਾਈ ਵੋਲਟੇਜ ਡਰਾਮਾ। ਸ਼ਰਿਆਮ ਕਰ ਰਹੇ ਤਿੱਖੀ ਬਹਿਸਬਾਜ਼ੀ। ਮੈਂ ਪੀਨਾ ਵਾ, ਮੈਂ ਪੀਨਾ ਵਾ, ਮੈਂ ਹੁਣ ਵੀ ਪੀ ਗਿਆ, ਮੈਂ ਪੀਨਾ ਵਾ ਚਿੱਟਾ, ਮੈਂ ਪੀਨਾ ਵਾ। ਪੁਲਿਸ ਨੂੰ ਪਤਾ ਲੱਗਣ ਤੇ ਚੁੱਕ ਲੈ ਗਈ ਪੁਲਿਸ ਨਸ਼ੇੜੀਆਂ ਨੂੰ ਥਾਣੇ। ਸ਼ਬਦਾਂ ਦੀ ਤਾਕਤ ਏਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ੂਦੀਪ ਕੌਰ ਸਵਾਗਤ ਕਰਦੀ ਹਾਂ। ਪੰਜਾਬ ਦੇ ਵਿੱਚ ਦਿਨ ਪਰ ਦਿਨ ਜਿਹੜਾ ਨਸ਼ਾ ਹੈ ਉਹ ਵੱਧਦਾ ਜਾ ਰਿਹਾ। ਜਿਹੜੀ ਨੌਜਵਾਨ ਪੀੜ੍ਹੀ ਉਹ ਲਗਾਤਾਰ ਨਸ਼ੇ ਦੇ ਵਿੱਚ ਧੱਸਦੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਕਿ ਸ਼ਰਿਆਮ ਨੌਜਵਾਨ ਸੜਕ ਦੇ ਵਿਚਕਾਰ ਹਾਈ ਵੋਲਟੇਜ ਡਰਾਮਾ ਕਰਦੇ ਨਜ਼ਰ ਆ ਰਹੇ ਨੇ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਕਿ ਉਹ ਤਿੱਖੀ ਬਹਿਸਬਾਜ਼ੀ ਕਰ ਰਹੇ ਨੇ। ਜਦੋਂ ਇਸਦਾ ਪੁਲਿਸ ਨੂੰ ਪਤਾ ਲੱਗਦਾ ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਉਹਨਾਂ ਨਸ਼ੇੜੀਆਂ ਨੂੰ ਥਾਣੇ 'ਚ ਲੈ ਜਾਂਦੀ ਹੈ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੰਦੀ ਹੈ। ਇਹ ਮਾਮਲਾ ਬਟਾਲਾ ਦੇ ਕਾਦੀਆਂ ਦੀ ਚੁੰਗੀ ਦੇ ਚਿੱਟੇ ਦਿਨ ਚਿੱਟਾ ਕਰਨ ਵਾਲੇ ਲੋਕ ਆਪਸ 'ਚ ਭਿੜੇ। ਇੱਕ ਵਿਅਕਤੀ ਦੂਸਰੇ ਵਿਅਕਤੀ ਦੇ ਦੋਸ਼ ਲਗਾ ਰਿਹਾ ਸੀ ਕਿ ਇੱਕ ਨਸ਼ਾ ਵੇਚਦਾ ਔਰ ਉਹ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਨਸ਼ਾ ਕਰਦਾ ਹਾਂ ਨਾ ਕਿ ਨਸ਼ਾ ਵੇਚਦਾ, ਮੈਂ ਪਹਿਲੀ ਨਸ਼ਾ ਵੇਚਦਾ ਸੀ, ਉਸਦੀ ਸਜ਼ਾ ਕੱਟ ਆਇਆ ਹਾਂ। ਇਸੇ ਗੱਲ ਨੂੰ ਲੈ ਕੇ ਬਹਿਸ ਹੋਈ, ਥੱਪੜ ਚੱਲੇ ਅਤੇ ਇਸ ਤੋਂ ਇਲਾਵਾ ਜਿਸ ਵਿਅਕਤੀ ਦੇ ਨਸ਼ੇ ਦੇ ਦੋਸ਼ ਲੱਗੇ ਨੇ ਉਸਦੇ ਕੁਝ ਸਾਥੀ ਆਏ ਅਤੇ ਉਹਨਾਂ ਨੂੰ ਮੀਡੀਆ ਨੇ ਦੇਖਿਆ ਤਾਂ ਉਹ ਉਸੇ ਪੈਰੀ ਵਾਪਸ ਮੁੜ ਗਏ। ਇਸ ਮੌਕੇ ਜਿਸ ਦੇ ਦੋਸ਼ ਲੱਗੇ ਨੇ ਉਸ ਵਿਅਕਤੀ ਨੇ ਆਪਣੀ ਜੇਬ 'ਚ ਲਾਈਟਰ, ਸਿਲਵਰ, ਪੇਪਰ ਅਤੇ ਨਸ਼ਾ ਕੱਢ ਕੇ ਦਿਖਾਇਆ। ਉਸਨੇ ਕਿਹਾ ਕਿ ਜੋ ਮੇਰੇ ਤੇ ਦੋਸ਼ ਲਗਾ ਰਹੇ ਨੇ ਇਹ ਖੁਦ ਵੀ ਨਸ਼ਾ ਕਰਦੇ ਨੇ ਅਤੇ ਇਹਨਾਂ ਨੇ ਮੈਨੂੰ ਕੁਝ ਸਮਾਂ ਪਹਿਲਾਂ ਸਾਡਾ ਆਪਸ 'ਚ ਝਗੜਾ ਹੋਇਆ ਸੀ ਜਿਸ ਦਾ ਬਦਲਾ ਮੈਂ ਲੈ ਰਿਹਾ, ਮੈਂ ਨਸ਼ਾ ਵੇਚਦਾ ਨਹੀਂ ਕਰਦਾ ਹਾਂ। ਜਿਸ ਚੀਜ਼ ਨੂੰ ਲੈ ਕੇ ਮੌਕੇ ਤੇ ਸਾਰੇ ਲੋਕ ਇਕੱਠੇ ਹੋ ਗਏ ਜਿਸ ਵਿੱਚ ਕੁਝ ਲੋਕ ਆਖਦੇ ਸਨ ਕਿ ਇਹ ਨਸ਼ਾ ਵੇਚਦਾ ਵੀ ਹੈ ਤੇ ਮੌਕੇ ਤੇ ਆਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਉਸਦੇ ਆਟੋ ਦੀ ਤਲਾਸ਼ੀ ਵੀ ਲਈ ਗਈ। SHO ਸਿਵਲ ਲਾਈਨ ਪ੍ਰਭਜੋਤ ਨੇ ਇਸ ਸੰਬੰਧੀ ਕੀ ਕਿਹਾ, ਆਓ ਸੁਣਦੇ ਹਾਂ ਉਹਨਾਂ ਤੋਂ। ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ 'ਚ ਲੜ ਪਏ ਆ ਅਤੇ ਇੰਨਾ ਕੁ ਸਮਾਨ ਵੀ ਹੈਗਾ। ਅਸੀਂ ਉਹ ਜਦੋਂ ਉੱਥੇ ਮੌਕੇ 'ਤੇ ਪਹੁੰਚੇ ਉਦੋਂ ਕੋਈ ਪੰਨੀ ਅਤੇ ਕੋਈ ਲਾਈਟਰ ਲੂਟਰ ਮਿਲਿਆ, ਹੋਰ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦਾਤਰ ਦੂਤਰ, ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਅੱਗੇ ਕਰਾਂਗੇ। ਨਹੀਂ ਵੇਖੋ, ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਂ ਤਾਂ ਨਹੀਂ ਡਿਸਕਲੋਜ਼ ਕਰ ਸਕਦਾ, ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਜੇ ਸਾਰੇ ਪਬਲਿਕ ਇੱਦਾਂ ਦੇ ਰਿਸਪੋਂਸੀਬਲ ਹੋ ਜਾਏ ਤਾਂ ਪੁਲਿਸ ਦੀ ਵਰਕਿੰਗ 'ਚ ਹੋਰ ਸੁਧਾਰ ਆਏਗਾ। ਥੈਂਕ ਯੂ, ਥੈਂਕ ਯੂ। ਪਰਨਾ ਬੰਨ ਇਹਨਾਂ ਖੁੱਲਾ ਖੁੱਲਾ ਮੈਂ
ਚੱਲਦਾ ਰੈਗੂਲਰ ਮਾਈ ਫੋਨ ਜੀ ਸਵਾਰੀਆਂ ਮੈਨੂੰ ਬਾਈਪਾਸ ਤੇ ਡੱਕਿਆ ਪੂਰੀ ਚੁੰਗੀ ਨੇ ਪੁੱਛ ਕੇ ਤੂੰ ਪੈਸੇ ਖੋਏ ਨੀ ਮੇਰੇ ਕੋ ਕਿੰਨੇ ਚਿੱਟਾ ਖੋਇਆ ਤੇਰੇ ਕੋ ਮੈਂ ਨਹੀਂ ਚਿੱਟਾ ਖੋਇਆ ਤੂੰ ਪੈਸੇ ਵੀਰ ਜੀ ਕਿਸੇ ਦਾ ਫੋਨ ਤਲਾਸ਼ੀ ਲੈ ਵੀਰ ਤਲਾਸ਼ੀ ਲੈ ਮੈਂ ਪੀਨਾ ਵਾ ਮੈਂ ਪੀਨਾ ਵਾ ਮੈਂ ਹੁਣ ਵੀ ਪੀ ਗਿਆ ਮੈਂ ਪੀਨਾ ਵਾ ਚਿੱਟਾ ਮੈਂ ਪੀਨਾ ਵਾ ਵੀਰ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾ ਹਸਪਤਾਲ ਦੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਤੂੰ ਨਾ ਕਰ ਏਦਾਂ ਨਾ ਕਰ ਏਦਾਂ ਨਾ ਕਰ ਮੈਂ ਸੁਧਰੇ ਆਈ ਤੈਨੂੰ ਨੀ ਵੀਰ ਤੂੰ ਉਧਰ ਮੈਨੂੰ ਇਕੱਲੇ ਨੂੰ ਤਿੰਨ ਜਾਣੇ ਪਏ ਸੀ ਮੈਂ ਤਾਂ ਤੈਨੂੰ ਪਿਆ ਹਾਂ ਵੀਰ ਤੁਸੀਂ ਸਭ ਕੁਝ ਮੇਰੇ ਕੋਲ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋਲ ਚਿੱਟਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਟਾ ਹੋਇਆ ਨਾ ਮੇਰਾ ਵਿਆਹ ਨਹੀਂ ਹੋਇਆ ਨਹੀਂ ਗ੍ਰੰਥ ਸਾਹਿਬ ਦੇ ਹੱਥ ਰੱਖ ਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋਲ ਫੋਨ ਉਹਨੇ ਖੜਿਆ ਕਿ ਨਹੀਂ ਕਿੰਨੇ ਉਸ ਬੰਦੇ ਨੇ ਸੁਨਿਆਰੇ ਨੇ ਮੈਂ ਲਾਉਣਾ ਮੇਰੇ ਕੋਲ ਹੈਗਾ ਵਾ ਮੈਂ ਨਾ ਮੇਰੇ ਕੋਲ ਹੈਗਾ ਵਾ ਮੈਂ ਲਾਉਣਾ ਮੈਂ ਲਾਉਣਾ ਵਾ ਮੈਂ ਭਾਜੀ ਲਾਉਣਾ ਵਾ ਆਖੋ ਮੈਂ ਲਾਉਣਾ ਵਾ ਵੀਰ ਜੀ ਹੱਥ ਹੱਥ ਪਿੱਛੇ ਲਾ ਵੀਰ ਜੀ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਯਾਰ ਸਾਡੇ ਹੁਣ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਵਾ ਕੱਟ ਕੇ ਉਗਾ ਮੇਰੀ ਗੱਲ ਸੁਣ ਪ੍ਰਧਾਨ ਦੋ ਮਿੰਟ ਖਲੋਇਆ ਨਿਕਲਿਆ ਦੋ ਮਿੰਟ ਖਲੋਇਆ ਮੀਡੀਆ ਵਾਲੇ ਗੱਲ ਦੇ ਖਰਾਬ ਹੋ ਜਾਣਾ ਮੈਂ ਤੈਨੂੰ ਆਖੀ ਜਾਂਦਾ ਕੰਮ ਖਰਾਬ ਹੋ ਜਾਣਾ ਵੇਖ ਲਾ ਭਾਜੀ ਇਹਨਾਂ ਅੱਜ ਤੋਂ 4 ਮਹੀਨੇ ਮੇਰੇ ਕੋਲ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਹ ਵਾ ਉਹਨਾਂ ਨੂੰ ਮੈਂ ਰਿਪੋਰਟ ਲਿਖਾਈ ਆ ਇਹਨਾਂ ਦੀ ਮੇਰੇ ਕੋਲ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਇੱਥੋਂ ਗੌਂਸਪੁਰਿਓ ਮੈਂ ਲਿਆਇਆ ਪੀਨਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਿ ਤਾ ਕਿ ਹੈਗਾ ਵਾ ਆਹੋ ਹੈਗਾ ਵਾ ਇਹ ਥੋੜ੍ਹਾ ਜਿਹਾ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਿ ਤਾ ਕਿ ਹੈਗਾ ਵਾ ਮੇਰੇ ਕੋਲ ਹਾਂਜੀ ਮੈਂ ਵੇਚਦਾ ਹੀ ਨਹੀਂ ਮੈਂ ਪੀਨਾ ਮੈਂ ਹੁਣ ਵੀ ਪੀ ਗਿਆ ਮੇਰੇ ਕੋਲ ਆ ਵੇਖ ਲੈਟਰ ਵੀ ਹੈਗਾ ਮੈਂ ਪੀਨਾ ਵਾ ਮੈਂ ਪੀਨਾ ਵਾ ਆ ਵੇਖ ਵੀਰ ਮੇਰੇ ਕੋਲ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਨਾ ਵਾ ਠੀਕ ਹੈ ਪੀਨਾ ਨਹੀਂ ਪੀਨਾ ਬਾਕੀ ਸ਼੍ਰੀ ਸਾਹਿਬ ਦਾ ਲਾ ਪਾ ਕੇ ਦੇਣਾ ਪਏ ਕੰਮ ਕਰ ਠੀਕ ਹੈ ਹਾਂ ਨੀ ਬਾਬਾ ਵੇਖ ਜਿਹੜੀ ਗੱਲ ਸੱਚਾਈ ਹੈ ਮੈਂ ਸੱਚਾਈ ਬੋਲਾਂਗਾ ਇਹ ਅੱਜ ਦਾ ਤੇ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਉੱਥੋਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜ਼ਾ ਘੱਟ ਆਇਆ ਮੈਂ ਵੀਰ ਜੀ ਅੱਜ ਤੋਂ ਕੋਈ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਇਹ ਪੀਂਦਾ ਵਾ ਹੁਣ ਵੀ ਪੀਂਦਾ ਤੂੰ ਨਹੀਂ ਵਾਜੀ ਹੁਣ ਲੈ ਕੇ ਆਇਆ ਵਾ
ਹੁਣ ਵੀ ਪੀਂਦਾ ਵਾ ਨਹੀਂ ਹੁਣ ਵੀ ਪੀਂਦਾ ਵਾ ਨਹੀਂ ਬਾਤ ਤੂੰ ਪੀਂਦਾ ਵਾ ਨਹੀਂ ਬਾਤ ਲੈ ਕੇ ਆਇਆ ਵਾ ਹੁਣ ਵੀ ਪੀਣਾ ਤੂੰ ਨਹੀਂ ਬਾਤ ਲੈ ਕੇ ਆਇਆ ਵਾ ਤੇਰੀ ਆ ਕੈਮਰੇ 'ਚ ਵੀਡੀਓ ਕਢਾਵਾਂ ਹੁਣ ਤੂੰ ਲੈ ਕੇ ਆਇਆ ਨਹੀਂ ਬਾਤਿਓ ਆ ਚੱਲ ਆ ਚੱਲ ਆ ਮੇਰੇ ਨਾਲ ਚਲੋ ਮੈਂ ਵੀਡੀਓ ਕਢਾਉਣਾ ਇਹਦੀ ਹੁਣੇ ਵੀਡੀਓ ਮੈਂ ਕਿਉਂ ਫੜਾਂ ਤੈਨੂੰ ਮੈਂ ਕਿਉਂ ਫੜਾਂ ਮੈਂ ਸਵਾਰੀ ਲੈ ਕੇ ਆਉਂਦਿਆ ਮੈਂ ਕਿਉਂ ਫੜਾਂ ਮੈਂ ਤਾਂ ਸਵਾਰੀ ਲੈ ਕੇ ਆਉਂਦਿਆ ਮੈਂ ਵੀਰ ਜੀ ਗੁਰਸਿੱਖ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਸਹੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗ੍ਰੰਥ ਸਾਹਿਬ ਪਾਇਆ ਸ੍ਰੀ ਸਾਹਿਬ ਪਾਇਆ ਸਹਿ ਛੱਡ ਰਿਹਾ ਵਾਂ ਠੀਕ ਹੈ ਚਲੋ ਲੜਾਈ ਭਾਜੀ ਇਹਨੂੰ ਪਤਾ ਹੋਊਗਾ ਇਹ ਚਿੱਟਾ ਵੇਚਦਾ ਭਾਈ ਇਹ ਮੇਰੇ ਗਲ ਪਏ ਆ ਇਕੱਠੇ ਹੋ ਕੇ ਇਹਨਾਂ ਨੇ ਮਹੱਲੇ ਗਿਆ ਹਾਂ ਮੈਂ ਇਹਨਾਂ ਕਦੇ ਨੂੰ ਵੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਹੈ ਜਿੱਦਣ ਇਹਦੇ ਗਲ ਪਏ ਇਹਨੂੰ ਪੁੱਛੋ ਕੀ ਲੈਣ ਗਿਆ ਇਹਦਾ ਉੱਥੇ ਕੰਮ ਕੀ ਹੈਗਾ ਪੁੱਛੋ ਇਹਨੂੰ ਭਾਜੀ ਜਿੱਦਣ ਇਹਨੂੰ ਵੀਰ ਜੀ ਮੈਂ ਪਾਣੀ ਕਿਸੋ ਦਾ ਕਰਦਾ ਭਾਈ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਪੀਣ ਉਹੀ ਪੀਤਾ ਪੀਣ ਲੱਗਾ ਮੈਂ ਉਹੀ ਗੱਲ ਨਿਕਲ ਆਈ ਮੇਰੇ ਮੂੰਹ ਜਿੱਦਾਂ ਵੀ ਹੈ ਹਾਂਜੀ ਮੋਬਾਈਲ ਪੈਸੇ ਖੋਏ ਬਾਈ ਭਾਤੇ ਇੱਕ ਇਹ ਮੁੰਡਾ ਦੋ ਜਾਣੇ ਦੇ ਨਾਲ ਹੋਰ ਇਹਨਾਂ ਇੱਕ ਛੁਰੀ ਰੱਖੀ ਛੇ ਸੱਤ ਅਜੇ ਵੀ ਅਰਬਨ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ ਅਰਬਨ ਸਟੇਟ ਰਿਪੋਰਟ ਇਹਨਾਂ ਦੇ ਇਹ ਮੈਨੂੰ ਪਤਾ ਨਹੀਂ ਸੀ ਕਿ ਕਿਹੜੇ ਪਿੰਡ ਦੇ ਆ ਕੀ ਆ ਕੀ ਨਹੀਂ ਇੱਦਾਂ ਸਹਿ ਸਹਿਜੇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਨਹੀਂ ਵੀਰ ਮੈਨੂੰ ਤੁਹਾਡਾ ਨਹੀਂ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਠੀਕ ਹੈ ਅੱਜ ਮੈਂ ਦਵਾਈ ਲੈਣ ਚੱਲਾਂ ਹਜੇ ਇਹਨਾਂ ਨੂੰ ਮਾਰਿਆ ਸੀ ਬਸ ਭਾਈ ਵੀਰ ਜੀ ਮੇਰਾ ਆਟੋ ਉੱਥੇ ਸੜਕ 'ਚ ਖਲੋਤਾ ਮੈਨੂੰ ਆਟੋ ਸਾਈਡ 'ਤੇ ਕਰ ਲੈਣ ਦਿਓ ਵੀਰ ਜੀ ਪੀਂਦਾ ਰਿਹਾ ਵਾ ਇਹਦੀ ਵੀਡੀਓ ਵਾ ਇਹਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਜਦੋਂ ਇਹਨਾਂ ਮੇਰੇ ਕੋਲ ਫੋਨ ਸਭ ਕੁਝ ਖੋਇਆ ਵਾ ਇਹਨੇ ਬੰਦਿਆਂ ਦੇ ਵਿੱਚ ਕਿਹਨੂੰ ਫੜਾ ਦੇਣਾ ਸੀ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰੇ ਕੋਲ ਨਾ ਕੋਈ ਸਮਾਨ ਨਾ ਗੱਲਾਂ ਤੋਂ ਬਾਅਦ ਕੁਛ ਵੀ ਨੀ ਮੇਰੇ ਕੋਲ ਵੀਰ ਕਿਹੜੇ ਬੰਦੇ ਨੂੰ ਮੈਂ ਫੜਾ ਤਾ ਕਿਹੜੇ ਬੰਦੇ ਕੈਮ ਸਭ ਕੁਝ ਇਹਨਾਂ ਦੇ ਸਾਹਮਣੇ ਆ